التماس يا دو. بسم الله الرحمن الرحيم، مالك يوم الدين، اياك نعبد واياك نستعين، اهدنا الصراط المستقيم صراط الذين ربنا تقبل دعاء ربنا اغفر لنا. صل على محمد وعلى محمد. ایک صلوات پڑھو میرے سیدی، اس پاک مجلس دی قبولیت واسطے ایک دفعہ بلند آواز نال صلوات. جی میں سید لے کے صلواتن جا کے صلوات پڑھو سن. ایک نعرہ سناؤ میرے مولا دے نام دا. یا رب یہ تار سانس کی جب تک چلی رہے، یا رب یہ تار سانس کی جب تک چلی رہے، دل کی کلی ولائے علی سے کھلی رہے. یا رب یہ تار سانس کی جب تک چلی رہے، دل کی کلی ولائے علی سے کھلی رہے. دنیا کی نعمتیں نہ ملیں کوئی غم نہیں، مجھ کو غم حسین کی دولت ملی رہے. ایک اور عریضہ، پردہ غفلت کا نگاہوں سے ہٹا دے یا رب، جلوہ بے یوسف زہرا کا دکھا دے یا رب. وارث حیدر کرار کی نصرت کے لیے، ہر عزادار کو مختار بنا دے یا رب. بڑے قیمتی لوگ تشریف فرماؤ، یہ لفظ کس واسطے میں عرض کر رہے ہیں؟ اس پورا شوب دور وچ حجابوں سے نظر ٹکرا رہی ہے. بسم اللہ. حجابوں سے نظر ٹکرا رہی ہے، حضور اب بات بڑھتی جا رہی ہے. حجابوں سے نظر ٹکرا رہی ہے، حضور اب بات بڑھتی جا رہی ہے. چلے بھی آئیے پردے سے باہر، قدم چھونے قیامت آ رہی ہے. بسم اللہ. حجابوں سے نظر ٹکرا رہی ہے، حضور اب بات بڑھتی جا رہی ہے. چلے بھی آئیے پردے سے باہر، قدم چھونے قیامت آ رہی ہے. قیمتی چہرے نو ویکھ کے ذہن وچ رکھدا ہویا، میں کس بادشاہ دے حضور یہ عریضہ پیش کر رہا، کس مولا دی بادشاہ بارگاہ وچ میں لفظ عرض کر رہا. اولاد فاطمہ کی ذرا شان دیکھیے، اولاد فاطمہ کی ذرا شان دیکھیے، قیامت رکی ہوئی ہے ایک فرزند کے واسطے. بسم اللہ بسم اللہ بسم اللہ بسم اللہ. اللهم صل على محمد وعلى آله السلام للصلاة. اولاد فاطمہ کی ذرا شان دیکھیے، قیامت رکی ہوئی ہے ایک فرزند کے واسطے. بسم اللہ. کیڑے فرزند واسطے؟
ਕਿਹੜੇ ਫਰਜ਼ੰਦ ਵਾਸਤੇ ਕਿਆਮਤ ਰੁਕੀ ਹੈ। ਕਾਇਮ ਹੈ ਜਿਸ ਕੀ ਦਿਲ ਪੇ ਹਕੂਮਤ ਤੁਮ ਹੀ ਤੋ ਹੋ, ਕਾਇਮ ਹੈ ਜਿਸ ਕੀ ਦਿਲ ਪੇ ਹਕੂਮਤ ਤੁਮ ਹੀ ਤੋ ਹੋ। ਮੌਲਾ ਖੁਦਾ ਕੀ ਆਖਰੀ ਹੁਜਤ ਤੁਮ ਹੀ ਤੋ ਹੋ, ਤੇਰੇ ਸਿਵਾ ਵੋ ਕੌਣ ਹੈ। ਐ ਬਾਰਵੇਂ ਅਲੀ ਜਿਸ ਕੇ ਲਈ ਰੁਕੀ ਹੈ ਕਿਆਮਤ ਤੁਮ ਹੀ ਤੋ ਹੋ। ਜੋ ਕੌਸਰ ਹਯਾ ਕੀ ਰਵਾਨੀ ਹੈ ਵੋ ਹੁਸੈਨ, ਜੋ ਅਸਲ ਮੇਂ ਨਮਾਜ਼ ਕਾ ਬਾਨੀ ਹੈ ਵੋ ਹੁਸੈਨ, ਜੋ ਲਾਫਤਾ ਕੀ ਤੇਗ ਕਾ ਪਾਨੀ ਹੈ ਵੋ ਹੁਸੈਨ, ਜੋ ਹੱਕ ਕੀ ਲਾ ਜ਼ਵਾਲ ਜਵਾਨੀ ਹੈ ਵੋ ਹੁਸੈਨ, ਜਿਸ ਕਾ ਵਜੂਦ ਸ਼ਾਖ ਨਬੂਵਤ ਕਾ ਫੂਲ ਹੈ, ਜੋ ਸਬਰ ਕਾ ਖੁਦਾ ਹੈ ਵਫਾ ਕਾ ਰਸੂਲ ਹੈ। ਅਗਰ ਨਹੀਂ ਜ਼ਿਹਨ ਚ ਆਇਆ ਤਲੀ ਦੇ ਸੋਹਣੇ ਪੁੱਤਰ ਦੀ ਸ਼ਾਨ ਦਾ ਇੱਕ ਹੋਰ ਲਫ਼ਜ਼ ਆ ਸੁਣੋ, ਸਜਦੇ ਮੇਂ ਮਹਿ ਵਿਰਾਜ ਥੇ ਜਬ ਬੇਨਿਆਜ਼ ਸੇ, ਸਜਦੇ ਮੇਂ ਮਹਿ ਵਿਰਾਜ ਥੇ ਜਬ ਬੇਨਿਆਜ਼ ਸੇ, ਬੈਠੇ ਹੁਸੈਨ ਪੁਸ਼ਤ ਮੁਹੰਮਦ ਪੇ ਨਾਸ ਸੇ, ਸਜਦੇ ਕੋ ਤੂਲ ਦੇਖ ਕੇ ਯੇ ਸਮਝਾ ਗਏ ਰਸੂਲ, ਲੋਗੋ ਮੇਰਾ ਹੁਸੈਨ ਹੈ ਅਫਜ਼ਲ ਨਿਮਾਜ਼ ਸੇ। ਬਿਸਮਿਲ੍ਲਾ, ਇੱਕ ਲਫ਼ਜ਼ ਹੋਰ ਆਖ ਰਿਹਾ, ਬਿਸਮਿਲ੍ਲਾ ਕਰਾਂ, ਅਲੀ ਲਾਲ ਇੱਕ ਲਫ਼ਜ਼ ਹੋਰ ਆਖਾਂ, ਅਲੀ ਕਾ ਦਿਲ ਔਰ ਜ਼ਹਰਾ ਕਾ ਚੈਨ ਰਾਜ਼ੀ ਹੋ, ਅਲੀ ਕਾ ਦਿਲ ਔਰ ਜ਼ਹਰਾ ਕਾ ਚੈਨ ਰਾਜ਼ੀ ਹੋ, ਯੇ ਲਾਜ਼ਮੀ ਹੈ ਸ਼ਾਹ ਮਸ਼ਰਕੈਨ ਰਾਜ਼ੀ ਹੋ। ਬਤਾ ਦੀਆ ਯੇ ਨਬੀ ਕੇ ਤਵੀਲ ਸਜਦੇ ਨੇ, ਨਮਾਜ਼ ਉਸ ਕੀ ਹੈ ਜਿਸ ਪਰ ਹੁਸੈਨ ਰਾਜ਼ੀ ਹੋ। ਡਾਣਾ ਲੋਕ ਤਸ਼ਰੀਫ ਫਰਮਾਓ, ਥੋੜ੍ਹਾ ਜ਼ੌਕ ਡਿੱਗਦਾ ਹੋਇਆ ਚੰਦ ਮਿੰਟ ਜਿਹੜੀ ਨੌਕਰੀ ਪੇਸ਼ ਕਰ ਰਿਹਾ, ਇੱਕ ਲਫ਼ਜ਼ ਹੋਰ ਆਖਾਂ, ਤੁਝੇ ਦੇਖਣਾ ਹੈ ਵਜ਼ੂ ਮੇਰਾ, ਤੁਝੇ ਦੇਖਣਾ ਹੈ ਵਜ਼ੂ ਮੇਰਾ, ਤੇਰਾ ਇਸ਼ਕ ਮੇਰੀ ਨਮਾਜ਼ ਹੈ। ਪਾਕਿਸਤਾਨ ਦਾ ਬਹੁਤ ਬੜਾ ਨਾਮ ਮੇਰੇ ਕੋਲ ਮੈਂਬਰ ਤੇ ਤਰਸ਼ੀ ਫਰਮਾਨ, ਤੁਹਾਡੀ ਮੁਹੱਬਤ ਦੇਖਦਾ ਹੋਇਆ ਮੈਂ ਅਲੀ ਦੇ ਸੋਹਣੇ ਪੁੱਤਰ ਹੁਸੈਨ ਅਲੈ ਸਲਾਮ ਦੀ ਸ਼ਾਨ ਦੇ ਲਫ਼ਜ਼ ਆਖ ਰਿਹਾ। ਬੜਾ ਕੀਮਤੀ ਜਿਹਾ ਮਜਮਾ ਮੇਰੇ ਸਾਹਮਣੇ, ਤੁਝੇ ਦੇਖਣਾ ਹੈ ਵਜ਼ੂ ਮੇਰਾ, ਤੇਰਾ ਇਸ਼ਕ ਮੇਰੀ ਨਮਾਜ਼ ਹੈ, ਤੂੰ ਤੋ ਬਖਸ਼ ਦੇਤਾ ਹੈ ਹੋਰ ਕੋ ਵੀ, ਤੂੰ ਬੜਾ ਗਰੀਬ ਨਵਾਜ਼ ਹੈ। ਤੁਝੇ ਦੇਖਣਾ ਹੈ ਵਜ਼ੂ ਮੇਰਾ, ਤੇਰਾ ਇਸ਼ਕ ਮੇਰੀ ਨਮਾਜ਼ ਹੈ, ਤੂੰ ਤੋ ਬਖਸ਼ ਦਿੱਤਾ ਹੈ ਹੁਰ ਕੋ ਵੀ, ਤੂੰ ਬੜਾ ਗਰੀਬ ਨਵਾਜ਼ ਹੈ, ਤੂੰ ਨਬੀ ਕੀ ਪੁਸ਼ਤ ਪੇ ਹੋ ਅਗਰ, ਤੂੰ ਨਮਾਜ਼ ਹੱਕ ਵੀ ਰੁਕੀ ਰਹੇ, ਤੂੰ ਨਬੀ ਕੀ ਪੁਸ਼ਤ ਪੇ ਹੋ ਅਗਰ, ਤੂੰ ਨਮਾਜ਼ ਹੱਕ ਵੀ ਰੁਕੀ ਰਹੇ, ਤੂੰ ਹੁਸੈਨ ਇਬਨ ਅਲੀ ਜੋ ਹੈ, ਤੂੰ ਨਮਾਜ਼ ਕੀ ਵੀ ਨਮਾਜ਼ ਹੈ। ਦੁਆ ਮੰਗਦਾ ਜੋ ਮੇਰੇ ਮੋਹਸਿਨ ਮੁਹਤਰਮ ਬਾਨੀਆਂ ਨੇ ਮਜਲਿਸ ਦਾ ਮੇਰੇ ਮੌਲਾ ਦੇ ਥੱਡਾ ਵਿੱਚ ਆਇਆ, ਤੁਹਾਡਾ ਤਸ਼ਰੀਫ ਖਿਨਾਇਆ, ਮੈਂ ਨਾ ਚੀਜ਼ ਦਾ ਪੜ੍ਹਿਆ ਹੋਇਆ, ਦੁਆ ਮੰਗਦਾ ਜੋ ਸ਼ਾਮ ਦੀ ਮੁਸਾਫਿਰ ਹਸੈਨ ਆਪਣੀ ਬਾਰਗਾਹ ਕਬੂਲ ਮੰਜੂਰ ਫਰਮਾਵੇ, ਮੌਲਾ ਬਾਨੀ ਮਜਲਿਸ ਦੀ ਤੋਫੀਕਾਤ ਵਿੱਚ ਇਜ਼ਾਫਾ ਫਰਮਾਵੇ, ਹਜ਼ਰਤ ਇਮਾਮ ਹੁਸੈਨ ਅਲੈਹਿ ਸਲਾਮ ਦੇ ਮਾਤਮੀਆਂ ਦੀ ਮੌਲਾ ਜ਼ਿੰਦਗੀ ਦਰਾਸ ਫਰਮਾ, ਜਿਤਨੀ ਦੇਰ ਨੌਕਰੀ ਡੇਵਾਂ ਤਬੀਅਤ ਮਿਲਾ ਕੇ ਸੁਣ ਸੋ, ਇੱਕ ਦਫ਼ਾ ਮਿਲ ਕੇ ਸਲਾਵਾਤ ਪੜ੍ਹੋ ਹੁਸੈਨ ਦੀ।
Mashallah La hawla wa la quwwata illa billah al-aliyyil azim Bismillahir Rahman Rahim Uchi Awaaz Dar Salawat Alhamdulillah Akbatul Muttaqin Salatu Wassalam Wala Ashraf Al-Anbiya Wal Mursaleen Khatam Al-Nabi سَلَكَ إِلَّا رَحْمَةً لِلْعَالَمِينَ مِلْكَ صَلَاةٌ پڑھو سَيِّدِي میں سمجھا تھکے بیٹھے عرض پکردہ کیوں ہو کے ڈیندہ غربت دے تیہنی سارے لوگ پر آئے تیری پہلی حقل تیری پہلی حقل غریبی دی بسم اللہ منا کر کیوں حقے دے غربت دے تیہنی سارے لوگ پر آئے تیری پہلی حقل تیری پہلی حقل غریبی دی گئی ہما دی قبر 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 اکھلم بی بی آدھے تریاں سکیاں پیڑی اجاجی دیا تی میرا ویر تولا قبر جڑا دل کردائی منو حکم چڑے میں بنسا حسن دید اللہ اکبر اللہ اکبر میں لکھواری آتا ہوں تیہنی سارے لوگ پر آئے تیری پہلی حقل غریبی دی گئی
ਹੈ ਮਾਂ ਦੀ ਕਬਰ, ਮਾਂ ਦੀ ਕਬਰ ਤੇ ਮੇਰਾ ਵੀਰ ਤੁਲਾ ਘਬਰਾ ਹੈ ਤੇ ਜਿਹੜਾ ਦਿਲ ਕਰਦਾ ਮੈਨੂੰ ਜਿਹੜਾ ਦਿਲ ਕਰਦਾ ਮੈਨੂੰ ਹੁਕਮ ਚੜੇ ਮੈਂ ਬਣਸਾ ਹਸਨ ਦੀਦ ਤੇ ਮੇਰਾ ਵੀਰ ਤੁਲਾ ਘਬਰਾ ਹੈ ਤੇ ਜਿਹੜਾ ਦਿਲ ਕਰਦਾ ਜਿਹੜਾ ਦਿਲ ਕਰਦਾ ਮੈਨੂੰ ਹੁਕਮ ਛੱਡੇ ਮੈਂ ਬਣਸਾ ਹਸਨ ਦੀ ਹਸਨ ਦੀ ਹਸਨ ਦੀ ਜਾ ਅੱਛਾ ਅਗਰ ਮੇਰਾ ਜੋੜਾ ਹੈ ਤੇ ਇੱਕ ਲਫ਼ ਦੋ ਰੰਗ ਜਾਵਾਂ ਗੱਲ ਨੀ ਕਰੇਂਦਾ ਨਸਰ ਨੀ ਪੜਦਾ ਲੱਭਦੀ ਹੈ ਪਿਆ ਦਾ ਬਣ ਵੀਰ ਹਸਨ ਤੇਰੇ ਨਾਲ ਆਈਆਂ ਤੇ ਤੈ ਵੀਰ ਨੂੰ ਕੁੱਲ ਮਾਲੂਮ ਤੇ ਤੇਰੇ ਸੁਣ ਕੇ ਹੋ ਕੇ ਗੁਰਬਤ ਦੇ ਮੇਰੀ ਫੌਜ ਨਿਸਾ ਡੇਵੇਂ ਅਮਰ ਜ਼ਰਾ ਮਖਦੂਮ ਤੇ ਤੂੰ ਆਖ ਸੇ ਗਾਜ਼ੀ ਪਿਆ ਲੜਦਾ ਏ ਜਦੋਂ ਤੇ ਵਿਚਾਈ ਕਲਸੂਮ ਅੱਲਮਾ ਅੱਲਮਾ ਤੂੰ ਆਖ ਸੇ ਗਾਜ਼ੀ ਤੂੰ ਆਖ ਸੇ ਡਾਵੀ ਦੜੀ ਏ ਲਫ਼ਜ਼ ਆਖਾਂ ਜ਼ਹਰਾ ਲਾਲ ਟਿੱਬੇ ਕਰਵਾਲਾ ਤੇ ਖਲੋਤਨ ਜ਼ੈਨਬ ਦੇ ਵੀਰ ਦੇ ਕਬਜ਼ਾ ਤਲਵਾਰ ਤੇ ਹੱਥ ਸ਼ਬੀਰ ਦੇ ਕਬਜ਼ਾ ਤਲਵਾਰ ਤੇ ਮੱਥਾ ਲੱਗਾ ਹੈ ਸੈਦ ਕਈ ਕਿਵੇਂ ਕਬਜ਼ਾ ਤਲਵਾਰ ਤੇ ਮੱਥਾ ਜੀ ਅਸਮਾਨ ਦੇ ਬਾਜੜੇ ਕਵੈਣ ਕਰਕੇ ਪਿਆਦੇ ਲੋਕਾਂ ਮੈਂ ਡਾਡਾ ਗਰੀਬ ਅੱਲਾਹ ਅਕਬਰ ਅੱਲਾਹ ਅਕਬਰ ਸੈਦੀ ਆਵਾਜ਼ ਪਿਆਦੇ ਲੋਕਾਂ ਜ਼ਹਰਾ ਦੀ ਆਵਾਜ਼ ਅੰਮਾ ਫਿਜ਼ਾ ਬੁਰਕਾ ਪਾ ਆਖਾ ਲਫ਼ਜ਼ ਗਰੋਣ ਮੈਦਾਨ ਜਾਤ ਮੇਰੇ ਵੀਰ ਹੁਸੈਨ ਨੂੰ ਜਾ ਕੇ ਆਖ ਮੇਰੇ ਪੁੱਤਰ ਕਬਰ ਦਿਆਂ ਕਾਤਲਾਂ ਤੋਂ ਤੇ ਮੇਰਾ ਵੀਰ ਮਦਾਦਾ ਮੰਗ ਨਹੀਂ ਤੇ ਮੈਂ ਜਾਣ ਦੀਆਂ ਪਰਦੇਸ ਦੇ ਵਿੱਚ ਮੇਰਾ ਅਗਲਾ ਰਹਿ ਗਿਆ ਤੇ ਮੇਰਾ ਕਈ ਵੇਲੇ ਹੱਥ ਤੰਗ ਨਹੀਂ ਤੇ ਮਤਾਂ ਇਹ ਸਮਝੇ ਦੀ ਹੈ ਦਰਦੀ ਕੋ ਜੰਗ ਲੜਨ ਦਾ ਆਉਂਦਾ ਅੱਲਾਹ ਅਕਬਰ ਅੱਲਾਹ ਮਤਾਂ ਸਮਝੇ ਮਤਾਂ ਸੁਭਾਨ
ਬੋਲੋ ਤੁਹਾਨੂੰ ਸਲਾਮਤ ਪਾਕ ਜ਼ੈਨਬ ਦਵੀ ਤੁਹਾਨੂੰ ਬਾਦ ਸ਼ਾਦ ਰੱਖੇ ਜਿਨ੍ਹਾਂ ਅੱਖੀਂ ਨਾਲ ਜ਼ਹਰਾ ਦੇ ਲਾਲ ਨੂੰ ਲਾਉਂਦੇ ਹੋ ਉਹਨਾਂ ਅੱਖੀਆਂ ਦਾ ਨੂਰ ਤਾਂ ਕਿਆਮਤ ਕਾਇਮ ਰਹੇ ਮੌਲਾ ਬਾਨੀ ਮਜਲਿਸ ਦੀ ਮਿਹਨਤ ਕਬੂਲ ਫਰਮਾਵੇ ਦੋ ਲਫ਼ਜ਼ ਮੈਂ ਮਸਾਹਿਬ ਦੇ ਅਰਜ਼ ਕੀਤੇ ਨੇ ਚੂੰਕਿ ਸਾਈਂ ਫਰਮਾਇੰਦੇ ਨੇ ਜੋ ਸਾਡੀਆਂ ਮਜਲਿਸਾਂ ਨੂੰ ਬਿਸਮਿਲਾ 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 ਕਰਾਂ ਬਾਦਸ਼ਾਹ ਫਰਮਾਇੰਦੇ ਨੇ ਜੋ ਸਾਡੀਆਂ ਮਜਲਿਸਾਂ ਨੂੰ ਜ਼ੀਨਤ ਦਿਆ ਕਰੋ ਜ਼ਿਕਰ ਅਲੀ ਦੇ ਨਾਲ ਪਾਕਾਂ ਦੇ ਹੁਕਮ ਦੀ ਤਾਮੀਲ ਕਰਦਾ ਹੋਇਆ ਅਗਰ ਮਿਜ਼ਾਜ ਹਾਜ਼ਰ ਹੋਵੇ ਤਾਂ ਬਾਦਸ਼ਾਹ ਹੁਸੈਨ ਅਲੈਹਿਸ ਸਲਾਮ ਦੀ ਸ਼ਾਨ ਦਾ ਇੱਕ ਮਿਸਰਾ ਫਜ਼ਾਇਲ ਦਾ ਸੁਣਾ ਤਬੀਅਤ ਹਾਜ਼ਰ ਹੈ ਥੋੜ੍ਹਾ ਜ਼ੌਕ ਡੇਕ ਕੇ ਮੈਂ ਕਸੀਦਾ ਸ਼ੁਰੂ ਕਰ ਰਿਹਾ ਪਾਕਿਸਤਾਨ ਦੀਆਂ ਦੋ ਨਾਮਵਰ ਹਸਤੀਆਂ ਮਿੰਬਰ 'ਤੇ ਤਸ਼ਰੀਫ ਫਰਮਾਨ ਮੈਂ ਮੌਲਾ ਹੁਸੈਨ ਅਲੈ ਸਲਾਮ ਦੇ ਫਜ਼ਾਇਲ ਦਾ ਇੱਕ ਦੋ ਲਫ਼ਜ਼ ਆਖ ਰਿਹਾ ਕਿਸ ਹੁਸੈਨ ਬਾਦਸ਼ਾਹ ਦੀ ਸ਼ਾਨ ਦਾ ਫਜ਼ਾਇਲ ਦਾ ਲਫ਼ਜ਼ ਆਖਣਾ ਚਾਹੁੰਦਾ ਸ਼ਰਾਫਤ ਦਾ ਕਾਬਾ ਸ਼ਰੀਅਤ ਦਾ ਜ਼ੇਵਰ ਇਬਾਦਤ ਦਾ ਨਾਜ਼ ਅਮਨ ਦਾ ਦਿਉਤਾ ਨਾ ਖੁਦਾਏ ਕਸ਼ਤੀ ਇਸਲਾਮ ਹੁਸੈਨ ਅਲੈ ਸਲਾਮ ਦੀ ਸ਼ਾਨ ਦਾ ਇੱਕ ਫਜ਼ਾਇਲ ਦਾ ਲਫ਼ਜ਼ ਸੁਣਾ ਤਬੀਅਤ ਹਾਜ਼ਰ ਹੈ ਹੁਸੈਨ ਉਹ ਬਾਦਸ਼ਾਹ ਏ ਹੁਸੈਨ ਉਲਜਪਾਲ ਕਰੀਮ ਏ ਜੋ ਸਾਮਿਤ ਕੋ ਨਾਤਿਕ ਬਣਾ ਦੇ ਉਸੇ ਹੁਸੈਨ ਕਹਤੇ ਹੈ ਬਿਸਮਿਲਾ ਕਿਉਂਕਿ ਇਤਨਾ ਟਾਈਮ ਨਹੀਂ ਜ਼ਿਆਦਾ ਦੇਰ ਜ਼ਹਿਮਤ ਦੇਵਾਂ ਇੱਕ ਸ਼ੇਰ ਸੁਣਾਵਾਂ ਮੈਂ ਬਾਦਸ਼ਾਹ ਦੇ ਕਸੀਦੇ ਦਾ ਅਲੀ ਕੀ ਜਾਨ ਨਬੀ ਕਾ ਨੂਰ ਐਨ ਜ਼ਿੰਦਾ ਹੈ ਬੜਾ ਕੀਮਤੀ ਮਜਮਾ ਬਿਸਮਿਲਾ ਅਲੀ ਕੀ ਜਾਨ ਨਬੀ ਕਾ ਨੂਰ ਐਨ ਜ਼ਿੰਦਾ ਹੈ ਜਨਾਬੇ ਫਾਤਿਮਾ ਕੇ ਦਿਲ ਕਾ ਚੈਨ ਜ਼ਿੰਦਾ ਹੈ ਨਾ ਪੂਛ ਵਕਤ ਕੀ ਇਨ ਬੇਜ਼ੁਬਾਂ ਕਿਤਾਬੋ ਸੇ ਸੁਨੋ ਅਜ਼ਾਨ ਤੋ ਸਮਝੋ ਹੁਸੈਨ ਜ਼ਿੰਦਾ ਹੈ ਇੱਕ ਲਫ਼ਜ਼ ਹੋਰ ਆਖ ਰਿਹਾ ਸ਼ਾਇਰ ਮਸ਼ਰਕ ਹਜ਼ਰਤ ਅਲਾਮਾ ਇਕਬਾਲ ਫਰਮੇ ਦਿਨ ਮਿਜ਼ਾਜ ਹਾਜ਼ਰ ਹੈ ਸ਼ਾਇਰ ਮਸ਼ਰਕ ਹਜ਼ਰਤ ਅਲਾਮਾ ਇਕਬਾਲ ਫਰਮੇ ਦਿਨ ਕੌਣ ਹੁਸੈਨ ਕਿਹੜੀ ਹਸਤੀ ਹੁਸੈਨ ਕਿਹੜੀ ਸ਼ਖਸੀਅਤ ਹੁਸੈਨ ਅਲਾਮਾ ਇਕਬਾਲ ਕੌਣ ਅਲਾਮਾ ਇਕਬਾਲ ਜਿਹੜੇ ਆਪਣਾ ਤਾਰਫ ਇਸ ਅੰਦਾਜ਼ ਨਾਲ ਪੇਸ਼ ਕਰਦੇ ਨੇ ਸਜਦੋਂ ਕੇ ਇਵਜ਼ ਫਿਰਦੌਸ ਮਿਲੇ ਇਹ ਬਾਤ ਮੁਝੇ ਮਨਜ਼ੂਰ ਨਹੀਂ ਸਜਦੋਂ ਕੇ ਇਵਜ਼ ਫਿਰਦੌਸ ਮਿਲੇ ਇਹ ਬਾਤ ਮੁਝੇ ਮਨਜ਼ੂਰ ਨਹੀਂ ਬੇਲੌਸ ਇਬਾਦਤ ਕਰਤਾ ਹੂੰ ਬੰਦਾ ਹੂੰ ਤੇਰਾ ਮਜ਼ਦੂਰ ਨਹੀਂ ਅਲਾਮਾ ਇਕਬਾਲ ਫਰਮਾਇੰਦੇ ਨੇ ਕਰਬਲਾ ਕੀ ਰੇਤ ਪੇ ਸੋਇਆ ਹੁਆ ਹੈ ਢੂੰਡ ਲੋ ਕਰਬਲਾ ਕੀ ਰੇਤ ਪੇ ਸੋਇਆ ਹੁਆ ਹੈ ਢੂੰਡ ਲੋ ਮਸਜਿਦੋਂ ਮੇਂ ਢੂੰਢਤੇ ਹੋ ਕੌਣ ਸੇ ਇਸਲਾਮ ਕੋ ਮੈਂ ਬਾਦਸ਼ਾਹ ਹੁਸੈਨ ਅਲੈ ਸਲਾਮ ਦੀ ਸ਼ਾਨ ਦਾ ਮੈਂ ਕਸੀਦੇ ਦਾ ਮਿਸਰਾ ਸ਼ੁਰੂ ਕਰ ਰਿਹਾ ਇੱਕ ਸਲਾਵਾਤ ਪੜ੍ਹੋ ਮਿਲ ਕੇ ਸੈਯਦ ਜੀ ਦਾ
لازمی ہے تابع داری حسین کی لازمی ہے تابع داری حسین کی لازمی ہے تابع داری حسین کی لازمی ہے تابع داری حسین نن حسین چنگا لگدا ہے میں لکھنا وہاں خوشی کے لیے ان کے ان کے ان کے غم ہی کافی ہے نمانا دی نماز کی مہلت حسین نے اور کو یہ کہہ دیا تھا کہ بخشش کو ہم ہی کافی لازمی ہے تابع داری حسین کی لازمی ہے شیر سناوا ایمان تازہ ہو جاوے دل نور ایمانی نال منور ہو جاوے لمبی چوڑی وضاحت نہیں کرنا چاہتا لمبی تقریر نہیں کرنا چاہتا کیونکہ میں کدے سوچی ہی نہیں جو میرے سامنے جاہل بیٹھے نے جاہل او ہوندے جہاں دے پیر جاہل ہو میں صرف شیر سناونا چاہنا گر خدا ناراض اور اس کا رسول ہے اس کا رسول ہے گر خدا ناراض اور اس کا رسول ہے اس کا رسول ہے لاکھ تو کر لے عبادت سب وقت نہیں اگر مزاج آدر ہوئے نادر ہوئے اگر طبیعت جڑ جاوے تو ایک شعر ہو سنا جاواں میرا مولا محمد مصطفیٰ امام الانبیاء بانی شریعت مقصد قرآن وجہ خلقت کائنات مرسل اعظم نبی چنا کا 1,30,999 نبی دا سہرا نبی پتراں نو موڈیاں تے چا کے بازار دی سیر پہ کھڑے نے کسے دی پئی نے گاڑے کرے کڈی سونی سواری اے اکھلا کڈی سونی سواری اے حضور نے دے کے ارشاد فرمایا جل گئے ہیں سڑ گئے
नहीं नहीं जल नहीं गया सड़ गया मौला फरमेंद्र अगर जल नहीं गया तो ये क्यों आखे गिड़ी सोनी सवारी ये क्यों नहीं आख्या सवार किड़े सोड़ अखलब मेरे बात से अर्शा सुनवाया मैं तेनू दसा आ मैं ये राज तुम सबको बताता हूँ सबको बताता ਤੁਹਾਡਾ ਥੱਕਾ ਹੋਇਆ ਨਾਰਾ ਵੇਖ ਕੇ ਤੁਹਾਡੀ ਥੱਕੀ ਥੱਕੀ ਤਬੀਅਤ ਦੇ ਕੇ ਇੱਕ ਲਫ਼ਜ਼ ਹੋਰ ਆਖ ਜਾਵਾਂ ਸ਼ੁਕਰ ਮੇਰੇ ਸਾਹਮਣੇ ਬਾਦਸ਼ਾਹ ਹੁਸੈਨ ਦੇ ਮਾਤਮੀ ਬੈਠੇ ਹੋ ਨਾ ਮੇਰੇ ਪਾਕ ਹੁਸੈਨ ਦੇ ਮਾਤਮੀ ਹੋ ਮਾਤਮ ਮਾਮੂਲੀ ਸ਼ੈ ਨਹੀਂ ਮਾਤਮ ਕੀ ਸਦਾ ਮਕਸਦ ਆਯਾਤ ਮੁਬੀ ਹੈ ہر عشق مودت کے خزانے کا امی ہے شاید ابھی انسان کو احساس نہیں ہے مظلوم کی مجلس کا صلہ خلد بری ہے روشن تو کرو دل کو غم آل ابا سے تقدیر سنور جاتی ہے زہرا کی دعا سے صبح چونکہ میرے آقا حسین علیہ السلام دے ماتمی بیٹھے ہو گھبراؤ نہیں پریشان نہ ہو ڈرو نہیں میں لفظ عرض کر رہا ہوں اور کافی سارے علماء کرام دی زبان چون نکلے ہوئے لفظاں نو چون چون کے میں شعر پیش کر رہا ہوں ماتمی شبیر کے جنت میں جائے گے جنت میں جائے گے ماتمی شبیر کے زیادہ زیادہ ایک بہن حسین دی ایک بچھوڑے دی ملکہ دھی ہے علی اکبر دے حصے دی ایک بہن ہے جڈا سمدیا میں کو نظر آندا ہے کی عجب ڈرا کرا صدقے جاواں تے میرا راندا ہے دل بہ
ਜਿਹੜਾ ਸਮਝਿਆ ਮੇਰੇ ਕੋ ਨਜ਼ਰ ਆਉਂਦਾ ਕੀ ਅਦਬ ਡਰਾ ਕਰਾ ਜੁੜ ਗਈ ਆਈ ਇੱਕ ਲਫ਼ਜ਼ ਹੋਰ ਆ ਕੇ ਮੈਂਬਰ ਛੋੜ ਲਿਆ 28 ਰਜਬ ਜ਼ੈਨਬ ਦੇ ਵੀਰ ਮਦੀਨਾ ਛੱਡਿਆ 40 ਘਰਾਂ ਨੂੰ ਜੰਦਰੇ ਚੜੇ ਹੋਏ ਨੇ ਹੁਸੈਨ ਦੀ ਧੀ ਸੁਗਰਾ ਅਲੀ ਅਕਬਰ ਦੀ ਭੈਣ ਸੁਗਰਾ ਹੁਸੈਨ ਦੀ ਵਿਛੋੜੇ ਦੀ ਮਲਕਾ ਧੀ ਨਹੀਂ ਕੋਈ ਰੋਵੇ ਆ ਰਾਤ ਕੋਈ ਰੋਵੇ ਏਡੇ ਡਾਡੇ ਵੇਣ ਕਰਿਆ ਮਦੀਨੇ ਦੀਆਂ ਦੀਵਾਰਾਂ ਕੰਬਣਾ ਬੀਬੀ ਸੁਗਰਾ ਦੇ ਵਹਿਣ ਸੁਣ ਕੇ ਮਦੀਨੇ ਦੀਆਂ ਦੀਵਾਰਾਂ ਕੰਬਣਾ ਮੇਰੀ ਸੈਂਟ ਸੁਗਰਾ ਦੇ ਮੁਹੱਲੇ ਦੀਆਂ ਬੀਬੀਆਂ ਮਿਲ ਕੇ ਪ੍ਰੋਗਰਾਮ ਬਣਾਇਆ ਆਪਣੇ ਆਪਣੇ ਧੀਆਂ ਨੂੰ ਆਖਿਆ ਧੀਆਂ ਆਓ ਤੁਸੀਂ ਆਪਣੇ ਆਪਣੇ ਵੀਰ ਚਾਹੋ ਬਿਰਾ ਚਾਹੋ ਬੱਚਿਆਂ ਨੇ ਕਿੱਥੇ ਜਾਵਣਾ ਮਾਵਾਂ ਦੀ ਆਵਾਂਦੀ ਓ ਬੀਬੀ ਸੁਗਰਾ ਦੇ ਘਰ ਹੋ ਸਕਦਾ ਹੁਸੈਨ ਦੀ ਧੀ ਦਾ ਦਿਲ ਲੱਗ ਜਾਵੇ ਬੱਚਿਆਂ ਫਿਰਾ ਚੈਨ ਫਾਣਿਆ ਲਿਓ ਬੱਚਿਆਂ ਵੀਰ ਚੈਨ ਬੀਬੀ ਸੁਗਰਾ ਦੇ ਘਰ ਚਾਹੀਆਂ ਮੇਰੀ ਸੈਂਟ ਸੁਗਰਾ ਕਿਸੇ ਵੇਲੇ ਕਿਸੇ ਦਾ ਵੀਰ ਚਾਵਿਆ ਕਿਸੇ ਵੇਲੇ ਕਹਿੰਦਾ ਫਿਰਾ ਚਾਵਿਆ ਕਿਸੇ ਵੇਲੇ ਕਹਿੰਦਾ ਵੀਰ ਚਾਵਿਆ ਬੜੇ ਡਾਡੇ ਹੌਸਲਾ 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 ਬੜੇ ਡਾਡੇ ਵਹਿਣ ਕਰਿਆ ਬੱਚੇ ਇੱਕ ਦਿਨ ਆਈਆਂ ਜੰਗਲ ਬੱਚਿਆਂ ਦੋ ਦਿਨ ਆਈਆਂ ਤ੍ਰੇਡੀ ਆਈਆਂ ਸੌ ਛੱਡੀ ਚੜੇ ਹਨ ਬੱਚਿਆਂ ਬੀਬੀ ਸੁਗਰਾ ਦੀ ਹਵੇਲੀ 'ਚ ਖੇਡਦੀਆਂ ਰਹੀਆਂ ਜੱਡਾ ਡੀਗਰ ਹੋਣ ਲੱਗੀ ਹੈ ਹਰ ਬੱਚੀ ਨੇ ਆਪਣੇ ਆਪਣੇ ਵੀਰ ਨੂੰ ਚਾਹਿਆ ਬਿਰਾਵਾਂ ਨੂੰ ਚਾਹ ਕੇ ਆਪਣੇ ਘਰਾਂ 'ਚ ਆਈਆਂ ਮਾਵਾਂ ਦੇ ਸਾਹਮਣੇ ਆ ਕੇ ਬਿਰਾਵਾਂ ਨੂੰ ਜ਼ਮੀਨ 'ਤੇ ਬਹਾਇਆ ਹੱਥ ਜੋੜ ਕੇ ਆਦਨ ਅੱਜ ਤੋਂ ਬਾਅਦ ਬੀਬੀ ਸੁਗਰਾ ਦੇ ਘਰ ਨਹੀਂ ਜਾ ਮਾਵਾਂ ਦੀ ਆਵਾਜ਼ ਦੀ ਕਿਉਂ ਨਹੀਂ ਜਾਣਾ ਬੱਚਿਆਂ ਦੀ ਆਵਾਜ਼ ਦੀ ਸਭ ਨਾ ਵੈਸੋ ਘਰ ਸੁਗਰਾ ਤੇ ਸਾਨੂੰ ਖੇਡਣ ਮੂਲ ਨੜੇ ਦੀ ਹੀ ਦੇਖ ਕੇ ਸਾਡੀਆਂ ਵੀਰਾਂ ਕੋ ਵਧੀ ਹਾਏ ਹਾਏ ਹੌਸਲਾ 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 ਰੱਬ ਜਾਣੇ ਕਿਆ ਲੱਗਦਾ ਸੂ ਅਸਲੇ ਤੇ ਜੱਕੂ ਵੱਲ ਵੱਲ ਯਾਦ ਕਰੇ ਘਰ ਸੁਗਰਾ ਇੱਕ ਸਾਲ ਦੇ ਬਾਅਦ ਇੱਕ ਲਫ਼ਜ਼ ਹੋਰ ਰੱਖ ਜਾਵਾਂ ਬਾਕਿਰ ਦਾ ਬਾਬਾ ਸੱਜਾਦ ਸ਼ਾਮ ਦਾ ਕੈਦੀ ਸੱਜਾਦ ਪੁੱਪੀਆਂ ਦਾ ਮਹਾਰੀ ਸੱਜਾਦ ਅਗਰ ਜ਼ਿਹਨ ਚ ਨਹੀਂ ਹੈ ਤਿੰਨ ਜਾਖਾਂ ਸਾਦਾਤ ਦਾ ਆਦਮ ਸੱਜਾਦ ਇੱਕ ਸਾਲ ਕੈਦਾਂ ਨਿਭਾ ਕੇ ਜਿਹੜਾ ਵਤਨਾਂ ਤੇ ਆਇਆ ਦੋਵੇਂ ਭੈਣ ਭਰਾ ਇਕੱਠੇ ਬੈਠੇ ਹੋਏ ਨੇ ਸੈਨ ਦੀਵਾਨ ਦੀ ਸੱਜਾਦ ਵੀਰ ਜੀ ਸੁਗਰਾ ਮੇਰੇ ਵੀਰ ਅਲੀ ਅਕਬਰ ਨੇ ਕਰਬਲਾ ਦੇ ਮੈਦਾਨ 'ਚ ਕਿਵੇਂ ਸਿਹਰੇ ਪਾਏ ਸੈਦਿਆਂ ਨੇ ਸੁਰਾ ਤੇਰੇ ਵੀਰ ਬੜੇ ਸੋਹਣੇ ਸਹਰੇ ਤੇਰੇ ਵੀਰ ਨੂੰ ਬੜੀ ਸੋਹਣੀ ਮਹਿੰਦੀ ਤੇਰੀਆਂ ਫੁੱਫੀਆਂ ਨੇ ਲਾਈ ਤੇਰੇ ਵੀਰ ਅਲੀ ਅਕਬਰ ਨੂੰ ਕੁਬਰਾ ਨੇ ਬੜਾ ਸੋਹਣਾ ਪੱਲੂ ਬਦਾਇਆ ਬਾਕਰ ਦਾ ਬਾਬਾ ਗੱਲ ਕਰਦਾ ਹੈ ਨਾਲੇ ਉੱਤੋਂ ਅੱਖੀਆਂ ਤਰੋਂਦਾ ਹੈ ਕੂਕਾ ਮਾਰ ਕੇ ਰੋਂਦਾ ਨਾ ਇਵੇਂ ਫਿਰਾ ਦੇ ਪਾਸੇ ਡੇ ਕੇ ਦੀਏ ਸੱਜਾਦ ਵੀਰ ਬਿਰਾਵਾਂ ਦੀਆਂ ਖੁਸ਼ੀਆਂ ਦੀਆਂ ਗੱਲਾਂ ਤੇ ਬੰਦੇ ਖੁਸ਼ ਹੋ ਕੇ ਦੱਸਦੇ ਤੁਸੀਂ ਨਾਲੇ ਗੱਲਾਂ ਕਰਦੇ ਹੋ ਨਾਲੇ ਕੂਕਾ ਮਾਰ ਕਰਾਉਂਦੇ ਹੋ ਬਾਕਿਰ ਦੇ ਬਾਬੇ ਦੀ ਆਵਾਮੀ ਸੁਗਰਾ ਕੋਈ ਮਨਹੂਸ ਵੇਲਾ ਤੇਰੇ ਵੀਰ ਅਲੀ ਅਕਬਰ ਦੇ ਸੀਨੇ 'ਚ ਬਰਸੀ ਦਾ ਫਲ ਲੱਗਾ ਅਲੀ ਅਕਬਰ ਨੂੰ ਜ਼ੀਨ ਛੱਡਣੀ ਪੈ ਗਈ ਇਹ ਗੱਲ ਜੋ ਕੀਤੀ ਏ ਹੁਸੈਨ ਦੀਦੀ ਮੂੰਹ ਦੇ ਭਾਰ ਮਿੱਟੀ ਤੇ ਆਈ ਏ ਬਾਕਰ ਦੇ ਬਾਬੇ ਨੇ ਬਸ ਹੱਥ ਰੱਖਿਆ ਇੰਨਾ ਲਿਲਾ ਹੇ ਵਹਿਲਾ ਇਲੇ ਸੱਜਾ ਰੋ ਕਰ ਅੰਮਾ ਫਿਜ਼ਾ ਜਲਦੀ ਆ ਸੁਗਰਾ ਮਰ ਗਈ ਆਈ ਅੱਲਾਹੁ ਅਕਬਰ ਅੱਲਾਹੁ ਇੱਕ ਲਫ਼ਜ਼ ਆਖਾ ਗਰੋਂ ਮਰਤਾ ਦਿਲ ਸੱਜਾ ਕੂਕਾ ਮਾਰ ਕਰੋ ਨਾ
ਬਾਕਰ ਦੌੜ ਕੇ ਕੋਲ ਬਾਬਾ ਮੌਤ ਹੱਕ ਕੇ ਮਰ ਵੰਜਣਾ ਜੋਖ ਫਨਾ ਦੀਏ ਤੁਸੀਂ ਏਡਾ ਡਾਡਾ ਕਿਉਂ ਰੁਨੇ ਹੋ ਬਾਕਰ ਦਾ ਬਾਬਾ ਰੋ ਕਿਆ ਤੇ ਬਾਕਰ ਰੋਵਾਂ ਨਾ ਤਾਂ ਕਿਆ ਕਰਾਂ ਮੇਰੀ ਭੇਣ ਸੁਗਰਾ ਮਰ ਗਈ ਹੈ ਕਿਸੇ ਗਰੀਬ ਦਾ ਮਈਤ ਹੋਵੇ ਚੌਂ ਬੰਦਿਆਂ ਦੀ ਲੋੜ ਹੁੰਦੀ ਹੈ ਇੱਕ ਪਾਵਾ ਮੈਂ ਚੈਸਾ ਦੂਜਾ ਪਾਵਾ ਕੌਣ ਸੀ ਨਾ ਘਬਰਾ ਮੈਂ ਆ ਗਿਆ ਸਯਦਾ ਦਾ ਕੌਣ ਹੈ ਆਵਾਜ਼ ਆਈ ਮੈਨੂੰ ਨਾ ਪਛਾਣਿਆ ਮੈਂ ਤੇਰਾ ਬਾਬਾ ਹੁਸੈਨ ਬਾਬੇ ਚਵੀ ਗਏ ਲੋਕ ਲੈ ਕੋਈ ਅਭਿਆ ਮੇਰੀ ਭੇਡ ਜਮਈਆ ਦਾ ਤ੍ਰੀਜਾ ਪਾਵਾ ਆਵਾਜ਼ ਨਾ ਘਬਰਾ ਮੈਂ ਹੀ ਆ ਗਿਆ ਸਯਦਾ ਦੇ ਕੌਣ ਹੈ ਆਵਾਜ਼ ਆਉਂਦੀ ਹੈ ਮੈਨੂੰ ਨੂੰ ਪਹਿਚਾਣਾ ਮੈਂ ਹਸਨ ਦਾ ਲਾਲ ਸਿਰਿਆਂ ਵਾਲਾ ਕਾਸਿਮਾ ਸਯਦਾ ਦੇ ਕੋਈ ਅਵਿਆ ਮੇਰੀ ਭੇਡ ਦੀ ਮਈਆ ਦਾ ਚੌਥਾ ਪਾਵਾ ਇਮਾਮ ਦੇ ਆਖਣ ਦੀ ਦੇਰ ਆਈ ਨਾ ਭਾਣ ਵਾਲਿਓ ਚੌਥਾ ਪਾਵਾ ਆਪਣੇ ਆਪ ਚ ਬੀਜਣ ਲੱਗ ਪਿਆ ਸਯਦਾ ਦੇ ਕੌਣ ਹੈ ਆਵਾਜ਼ ਨਹੀਂ ਮੈਨੂੰ ਨੂੰ ਪਹਿਚਾਣਿਆ ਮੇਰੇ ਬਾਜ਼ੂ ਨਾਲ ਜੋ ਕੋਈ ਨਹੀਂ ਮੈਂ ਬਾਸ ਅਖਲਫ ਸੱਜਾਦ ਭੇਣ ਦਾ ਮੈਂ ਅੱਛਾ ਕੇ ਭੇਣ ਦੀ ਕਬਰ ਤੇ ਆਇਆ ਹੈ ਸੁਗਰਾ ਤੇਰਾ ਬਾਬਾ ਹੁਸੈਨ ਆਇਆ ਤੇਰਾ ਕਾਸਮ ਵੀਰ ਆਇਆ ਤੇਰਾ ਚਾਚਾ ਬਾਸ ਆਇਆ ਅੱਲਾ ਜਾਣੇ ਤੇਰਾ ਉਹ ਫਿਰਾ ਕਿਉਂ ਨਹੀਂ ਆਇਆ ਜਿੰਨੀਆਂ ਰਾਹਾਂ ਵੇਖਦੀ ਰਹੀ ਸਯਦ ਆਖਣ ਦੀ ਦੇਰ ਆਈ ਬੀਬੀ ਸੁਗਰਾ ਦੀ ਕਬਰ ਚੋਂ ਦੋ ਹੱਥ ਨਮੂਦਾਰ ਹੋਏ ਸੱਜਾਦ ਮੇਰੀ ਭੇਣ ਨੂੰ ਗਿੱਲੇ ਨਾ ਡੇ ਮੈਂ ਤਾਂ ਸੁਬਾ ਦਾ ਆਇਆ ਖਲੋ ਸਯਦਾ ਦਾ ਕੌਣ ਆਵਾਜ਼ ਆਉਂਦੀ ਅਲੀ ਅਕਬਰ ਜਿਹੜਾ ਅਕਬਰ ਦਾ ਨਾਮ ਹੈ ਸੱਜਾਦ ਭੇਣ ਦਾ ਮੈਂ ਚਾਖ ਲਈ ਅਕਬਰ ਦੇ ਹੱਥਾਂ ਤੇ ਰੱਖੀ ਬੀਬੀ ਸੁਗਰਾ ਦਾ ਮੈਂ ਕੰਮਣ ਲੱਗ ਪਈ ਹੈ ਆਵਾਜ਼ ਆ ਪੀ ਆਉਂਦੀ ਹੈ ਤਾਂ ਕੁੰਨਾ ਮਿਲਣਾ ਪਰ ਮਿਲਦੀ ਆ ਤੇ ਇੱਕ ਗਰ ਦੇ ਉੱਤੇ ਗੱਲ ਲਾ ਜਾ ਇਹ ਖੋਲ ਕੇ ਤਣੀਆਂ ਚੋਲੇ ਮੈਂ ਆਤਮਾ